बहुत ਸਾਨੂੰ ਬਾਹਰੋਂ ਫੋਨ ਆਇਆ ਸੀ ਕਹਿੰਦੇ ਨਿੰਮੇ ਨੂੰ ਇੱਕ ਵਾਰੀ ਫਿਰ ਥਾਈਲੈਂਡ ਲੈ ਕੇ ਜਾਓ ਮੈਂ ਕੋਈ ਨਾ ਬਈ ਤੁਹਾਡੇ ਕਰਕੇ ਤਾਂ ਤੁਹਾਡੇ ਕਰਕੇ ਫਿਰ ਲੈ ਕੇ ਚੱਲੇ ਆਪਾਂ ਇਹਨੂੰ ਕੋਈ ਹੋਰ ਕੰਟਰੀ ਚੰਗੀ ਵੀ ਨਹੀਂ ਲੱਗਦੀ ਕਹਿੰਦਾ ਜੇ ਬਾਈ ਜਾਣਾ ਤਾਂ ਥਾਈਲੈਂਡ ਲੈ ਜੀ ਮੈਂ ਚਲੋ ਕੋਈ ਨਾ ਲਈ ਫਿਰ ਕੱਪੜੇ ਕਿਆ ਕੁਛ ਲਿਆਉਣਾ ਅੱਜ ਟੀ ਸ਼ਰਟ ਤਾਂ ਇੱਕ ਹੋਰ ਲਿਆਉਣੀ ਮੈਂ ਅੱਛਾ ਨੇੜੇ ਨਾ ਤੇੜੇ ਸਿੱਧਾ ਹੀ ਚੰਡੀਗੜ੍ਹ ਕਹਿੰਦਾ ਸ਼ਾਪਿੰਗ ਕਰਨੀ ਹੈ ਉੱਚੀਆਂ ਨੇ ਗੱਲਾਂ ਸਾਡੇ ਨਿਕਲ ਗਈਆਂ ਹੈਂ ਉੱਚੀਆਂ ਗੱਲਾਂ ਚੱਲ ਖੋਲ ਕਰ गड्डी असीं इधर खड़ाती वीर कोल क्या दुकान का नाम अपने दा लो जी बाबा जी भी आ गए ने उधर जय जय कार बाबा जय जय कार ਨਿੰਮੇ ਹੁਣ ਤਾਂ ਆਪਾਂ ਸੜਕ ਪਾਰ ਕਰਨੀ ਸਿੱਖ ਲਿਆ ਹਾਲੇ ਵੀ ਹੱਥ ਫੜ ਕੇ ਪਾਰ ਕਰਾਈ ਜਾਵਾਂ ਹਾਂ ਸਾਡਾ ਅੜੀ ਆ ਗਿਆ ਬਾਈ ਬਾਜ ਬੰਦ ਕਰ ਲਾ ਭਾਈ ਕਾਪੀ ਰਾਈਟਰ ਨੇ ਲਿਆ ਦੀ ਸਾਨੂੰ ਕਿਤੇ ਥਾਈਲੈਂਡ ਹੀ ਹੋ ਮੈਂ ਗਲਤ ਨਾ ਬੋਲਿਆ ਥਾਈਲੈਂਡ ਦਾ ਬਹੁਤ ਨਾ ਨਾਂ ਜਦ ਲੈਣਾ ਪਹਿਲਾਂ ਬੁਸ ਕਰਨਾ ਫਿਰ ਕੁਰਲੀ ਕਰਨੀ ਫਿਰ ਨਾਂ ਲੈਣਾ ਥਾਈਲੈਂਡ ਦਾ ਯਾਰ ਪਿਆਰ ਕਰਕੇ ਆਇਆ ਵਾ ਪਿਆਰ ਸਤਕਾਰ ਨਾਲ ਨਾਂ ਲੈ ਕਰਾ ਥਾਈਲੈਂਡ ਦਾ ਭਾਈ ਸਾਡੇ ਤਾਂ ਜਿੰਦ ਜਾਨ ਨਾਲ ਜੀ ਵੀ ਲਾਉਣਾ ਸਾਡਾ ਤਾਂ ਵਧੀਆ ਦੇਖਿਆ ਉਹ ਨਾਲ ਜੀ ਵੀ ਲਾਗਾ ਥਾਈਲੈਂਡ ਜੀ ਅੱਛਾ ਥਾਈਲੈਂਡ ਜੀ ਹਾਂ ਕਿੱਥੇ ਜਾਣਾ ਥਾਈਲੈਂਡ ਜੀ ਕਿੱਧਰ ਦਾ ਪ੍ਰੋਗਰਾਮ ਜੀ ਹੁਣ ਸਰ ਨਾਨੀ ਹੈ ਅੱਜ ਭਾਈ ਨਿੰਮੇ ਨੇ ਬਚਾ ਲਿਆ ਮੈਨੂੰ ਜੇਬ 'ਚ 120 ਰੁਪਇਆ ਪਿਆ ਇਹਦਾ ਅੱਜ ਕੱਲ੍ਹ ਅੱਜ ਕੱਲ੍ਹ ਜ਼ਿਆਦਾ ਮੋਸਟਲੀ ਅੱਜ ਕੱਲ੍ਹ 'ਚ ਕੰਮ ਚੱਲਦਾ ਗੂਗਲ ਪੇ ਵਾਲਾ ਮੈਂ ਸ਼ਾਇਦ ਬਾਈ ਕੋਲ ਹੋਵੇ ਫਿਰ ਮੈਂ ਨਿੰਮੇ ਹੈਗੇ ਪੈਸੇ ਕਹਿੰਦਾ ਹੈਗਾ 500 ਰੁਪਏ ਫਿਰ ਬਾਈ ਨੂੰ ਟਿਕਟ ਪੁੱਛੀ ਮੈਂ ਟਿਕਟ ਕਿੰਨੇ ਦੀ ਆ ਕਹਿੰਦਾ 100 ਰੁਪਏ ਦੀ ਆਉਣ ਦੋ ਬੰਦੇ ਦੀ ਫਿਰ ਮੈਂ ਕਿਹਾ 100 ਰੁਪਏ ਮੇਰੇ ਕੋਲ ਦੱਸ ਦੇਣਾ ਜੇ ਨਿੰਮੇ ਤੂੰ ਨਾ ਹੁੰਦਾ ਕੰਨ ਦੇ ਫੜ ਕੇ ਬਸ ਤੇ ਥੱਲੇ ਲੱਗਦਾ ਮੇਰੇ ਬਾਹਰ ਨਹੀਂ ਨਹੀਂ ਬਾਈ ਐਂ ਨਹੀਂ ਲਾਉਂਦੇ लाडी भाई आए तो कुछ खाना पाने खाइए थोड़ा जा काम असि वेट कर रहे हैं उस तो बाद फिर फ्री हो जाना चलू सारा काम सारा जूस आ गया निम्बे का भी आ गया भाजी का भी आ गया लो जी गड्डिया चेंज हो गई लाडी भाजी आ गए ने हूँ कपड़े की शॉपिंग शुरू होनी साड़ी भाजी एक नवा गाना लिखा सी निम्बे पैसे का की करना इथे कपड़े कुपड़े देखते हैं एडा उडा बहुत पाई होंगे इंस्टाग्राम पर देखने आए सामने बी टाउन लग्जरी देखी जाके इतने सारे चीज़ा है फर्स्ट कॉपी ओरिजिनल सारे चीज़ा है पाइं को लोर देख रहे हैं तो लोर सू पसंद आ गई बिच मोबाइल के कपड़े पवा लेंगे फिर मोबाइल के कपड़े पवन लगे हूँ इतना भाई दिखाई फिर इतना भाई कपड़े दिखा दी यार
ਬੰਦ ਭਾਈ ਕਬਰ ਪਾ ਰਹੇ ਮੇਰਾ ਹਾਲੇ ਠੀਕ ਹੈ ਹਾਲੇ ਥੋੜ੍ਹੇ ਕੱਢ ਦੇਣੇ ਹਾਲੇ ਆਪਾਂ ਥਾਈਲੈਂਡ ਲੈ ਆਵਾਂਗੇ ਹੁਣ ਜਾ ਕੇ ਲੈ ਬਾਈ ਇੱਕ ਚੱਕ ਰਿਹਾ ਕਵਰ ਹੁਣ ਦੇਖਦੇ ਕਿਹੜਾ ਲਈਏ ਕਵਰ ਇਹਦਾ ਫੋਨ ਵੀ ਚੇਂਜ ਕੀਤਾ ਜਾਊਗਾ ਹੁਣ ਕਿਆ ਹਾਂਜੀ ਅਕਤੂਬਰ ਮੇ ਅਕਤੂਬਰ ਚੱਲਦਾ ਭਾਜੀ ਹਾਂ ਨਾ ਗਿਆਰ ਵੀ ਚੱਲ ਰਿਹਾ ਭਾਜੀ ਨਵੰਬਰ ਨਹੀਂ ਉਹ ਨਵੰਬਰ ਕੋ ਨਾ ਫਿਰ ਕਵਰ ਨਹੀਂ ਹੈ ਸ਼ੁਕਰ ਯਾਰ ਮੈਂ ਗਏ ਹਾਂ ਬਚ ਗਿਆ ਪੈਸੇ ਬਚ ਗਏ ਗੱਡੀ ਪਾਰਕ ਹੋ ਗਈ ਚੱਲ ਨਿੰਮੇ ਅੱਜ ਨਾ ਹੁਣ ਸੇਲ ਲੱਗੀ ਹੋਈ ਆ ਲਾਂਟੇ ਮਾਲ ਦੇ ਵਿੱਚ ਜਿਹੜੇ ਸਮਰ ਵਾਲੇ ਕੱਪੜੇ ਆ ਨਾ ਵੀ ਗਰਮੀ ਵਾਲੇ ਕੱਪੜੇ ਉਹਨਾਂ ਪਾਸ ਸੇਲ ਲੱਗੀ ਉਹ ਦੇਖਣਾ ਆ ਕਹਿੰਦਾ ਰੇਟ ਇੱਦਾਂ ਕਰਦੀ ਆ ਬਈ ਆ ਜਾਓ ਵੀ ਆ ਜਾਓ ਫਿਰ ਆ ਜਿਹੜੇ ਸਾਹਮਣੇ ਨਾ ਪੈਂਟਿੰਗਾਂ ਵਿਕਣ ਵਾਸਤੇ ਲਾਈਆਂ ਹੋਈਆਂ ਆ ਨਾਲ ਨੰਬਰ ਦਿੱਤੇ ਹੋਏ ਕਿਸੇ ਨੇ ਲੈਣੀ ਆ ਅਤੇ ਉਹ ਸਾਹਮਣੇ ਉੱਧਰ ਨਿੰਮੇ ਤੇਰੀ ਫੋਟੋ ਲਾ ਦੀ ਲੱਖ ਰੁਪਏ ਦੀ ਵਿਕੂਗੀ ਕਿਹੜੀ ਸੜਕ ਦਿਖਦਾ ਹੁੰਦਾ ਸੜਕ ਦਿਖਦਾ ਹੁੰਦਾ ਨਾ ਕਿੱਧਰ ਨੂੰ ਦਿਖਦਾ ਤੀਜਾ ਚਲੋ ਤੇਜੀ ਜਾ ਕੇ ਆਪਾਂ ਲਓ ਜੀ ਹੁਣ ਅਸੀਂ ਡਿਸਾਈਡ ਕੀਤਾ ਕਹਿੰਦਾ KFC ਵਾਲੇ ਦੇ ਚੌਲ ਖਾਣੇ ਆ ਟਿੱਕੀ ਚੌਲ ਬੜੇ ਦਿਨਾਂ ਬਾਅਦ ਹੈ ਨਿੰਮੇ KFC ਵਾਲੇ ਚੌਲ ਖਾਣੇ ਇੱਥੇ ਬਾਈ ਨਿੰਮਾ ਨਹੀਂ ਮੰਨਿਆ ਨਿੰਮਾ ਕਹਿੰਦਾ ਲੱਤਾਂ ਖਾਣੀਆਂ ਮੈਂ ਤਾਂ ਮਾਰੋ ਬਾਈ ਲੱਤਾਂ ਤੇ ਫਿਰ ਲੱਤਾਂ ਖਾਣੀਆਂ ਨੇ ਸਾਡੇ ਕੋਲ ਬਾਈ ਟਿੱਕੀ ਆਈ ਆ ਚਿਕਨ ਟਿੱਕੀ ਨਾ ਨਾ ਦੂਜੀ ਵੈਜ ਟਿੱਕੀ ਆਲੂ ਟਿੱਕੀ ਚੌਲ ਤਾਂ ਖਾਧੇ ਨੀ ਨਿੰਮੇ ਤੈਂ ਆ ਵੀ ਪਾਲਾ ਨਾਲ ਮਿਕਸ ਕਰਕੇ ਲਓ ਜੀ ਹੁਣ ਲਾਂਟੇ ਮਾਲ ਇੱਕ ਸਾਈਡ ਆ ਗਏ ਜਿੱਥੇ VSF ਕਹਿੰਦੇ ਪਤਾ ਨਹੀਂ SVF ਕਹਿੰਦੇ ਆ ਉਹ ਸਾਹਮਣੇ ਆਫਿਸ ਆ ਜਿੱਥੇ ਸਾਡੇ ਪਤਾ ਨਹੀਂ ਕਿੰਨੇ ਕੁ ਬੰਦਿਆਂ ਨੂੰ ਕੈਨੇਡਾ ਅਮਰੀਕਾ ਨੂੰ ਚੜ੍ਹਾਤਾ ਆਫਿਸ ਨੇ ਆਹ ਸਾਹਮਣੇ ਵਾਲਾ ਹੈ ਇੱਧਰ ਤਾਂ ਐਂਟਰੀ ਹੈ ਲਾਂਟੇ ਮਾਲ ਦੀ ਕਈ ਪਾਸੇ ਨੂੰ ਐਂਟਰੀ ਇੱਕ ਪਾਸੇ ਨੂੰ ਨਹੀਂ ਹੈਗੀ ਮੈਂ ਕਹਿੰਦਾ ਵੀ ਦੋ ਜਾਂ ਤਿੰਨ ਪਾਸੇ ਨੂੰ ਦੋ ਪਾਸੇ ਨੂੰ ਐਂਟਰੀ ਹੈ ਨਾ ਇੱਕ ਇਹ ਸਾਈਡ ਆ ਇੱਕ ਮੂਹਰੇ ਦੇ ਫਰੰਟ ਆ ਪਰ ਦੋ ਪਾਸੇ ਨੂੰ ਐਂਟਰੀ ਹੈ ਬਾਕੀ ਥੱਲੇ ਪਾਰਕਿੰਗ 'ਚ ਨੂੰ ਹੈਗੀ ਬਹੁਤ ਪਾਸੇ ਨੂੰ ਪਾਰਕਿੰਗ ਆਈ ਲਵ ਚੰਡੀਗੜ੍ਹ ਇੱਥੇ ਟਿਮ ਹੋਟਲ ਕਿੱਥੇ ਆ ਹੁਣ ਭੀੜ ਘੱਟ ਗਈ ਟਿਮ ਹੋਟਲ ਨੇ ਭਾਅ ਜੀ ਨਵਾਂ ਤਾਂ ਬਹੁਤ ਹਨੇਰੀ ਲੈਂਦੀ ਲੋਕਾਂ ਨੇ ਇੱਥੇ ਟਿਮ ਹੋਟਲ ਦੇ ਉਹ ਸਾਹਮਣੇ ਟਿਮ ਹੋਟਲ ਹੈ ਦਿਖਾਉਂਦਾ ਤੁਹਾਨੂੰ ਮੈਂ ਹੁਣ ਭੀੜ ਘੱਟ ਪੱਲਾ ਪੱਲਾ ਜ਼ਿਆਦਾ ਖੁੱਲ੍ਹੇ ਖੁੱਲ੍ਹੇ ਬੜੀ ਲਾਈਨ ਲੱਗਦੀ ਜੀ ਇੱਥੇ ਬਾਈ ਉਹ ਸਾਹਮਣੇ ਆ ਲੈਣ ਆਹ ਟਿਮ ਹੋਟਲ ਉਹ ਸਾਹਮਣੇ ਲਿਖਿਆ ਟਿਮ ਹੋਟਲ ਨਾਲ ਲਿਖਿਆ ਇੱਥੇ ਬੜੀ ਭੀੜ ਲੱਗਦੀ ਹੁੰਦੀ ਜੀ ਇੱਥੇ ਅਸੀਂ ਨਾ ਚੰਡੀਗੜ੍ਹ ਦੇ ਵਿੱਚ ਖੜ੍ਹੇ ਹਾਂ SBI ਬੈਂਕ ਦੇ ਸਭ ਤੋਂ ਮੂਹਰੇ ਲਿਖੀ ATM ਪੰਜਾਬੀ 'ਚ ਉਸ ਤੋਂ ਬਾਅਦ ਹਿੰਦੀ ਫਿਰ ਇੰਗਲਿਸ਼ ਲਿਖੀ ਹੋਈ ਹੈ ਦੇਖੋ ਪੰਜਾਬੀ ਭਾਸ਼ਾ ਨੂੰ ਕਿੰਨਾ ਸਤਿਕਾਰ ਕਰਿਆ ਕੋਈ ਬੰਦਾ ਕਹਿੰਦਾ ਚੀਜ਼ ਇਹ ਵੀ ਹਾਂ ਭਾਈ ਇੱਥੇ ਤੁਸੀਂ ਸਤਿਕਾਰ ਦਿੱਤਾ ਜੇ ਇੱਥੇ ਕਿਤੇ ਨਾ ਕਿਤੇ ਗਲਤ ਲਿਖਿਆ ਤਾਂ ਜਦੇ ਬਦਲ ਜਾਣਾ ਸਾਡੇ ਬੰਦੇ ਨੇ ਪੰਜਾਬੀ ਥੱਲੇ ਕਰਦੇ ਇੱਥੇ ਕਰਦੇ ਆਹ ਵੀ ਯਾਰ ਚੀਜ਼ ਕੋਈ ਦਿਖਾ ਦੇ ਕਰੋ ਬੜੀ ਚੀਜ਼ ਯਾਰ ਸਾਡੀ ਪੰਜਾਬੀ ਭਾਸ਼ਾ ਨੂੰ ਦੇਖੋ ਚੰਡੀਗੜ੍ਹ ਦੇ ਵਿੱਚ ਅਸੀਂ ਉਹ ਸਾਹਮਣੇ ਲਾਂਟੇ ਮਾਲ 'ਚੋਂ ਨਿਕਲ ਕੇ ਆਏ ਹਾਂ ਸਾਨੂੰ ਵੀ ਦਿਖਾ ਦਿਆ ਕਰੋ ਤੂੰ ਤਾਂ ਦੇਖਦੇ ਹੀ ਰਹਿੰਦਾ ਆਣ ਮਾਣ ਸ਼ਾਨ ਪੰਜਾਬ ਦੀ